संयुक्त अकाली दल दे आगू परमिंदर सिंह ढींडसा दे वल्लों सिद्धू मूसेवाला दे कांग्रेस दे विच शामिल होण मगरों बयान दिता गया, जिथे परमिंदर सिंह ढींडसा दा कहना है कि यही उन्हां दा निजी फैसला है, पर एक शख्सियत दे आधार ते लोक वोटां तां पा दिंदे ने पर उसका नुकसान हुंदा सामने आउंदा है। गुरदासपुर तो सांसद सनी देओल ते निशाना साधदे होए परमिंदर सिंह ढींडसा ने कहा कि अज उत्थे लोक अपनियां समस्यावां दे हल दे लई तरले कर रहे ने अते इस दे नाल ही परमिंदर सिंह ढींडसा ने मनजिंदर सिंह सिरसा दे बारे बोलदे होए की कुछ कहा, आओ सुनदे हां। देखो जिहड़ा तां किसे व्यक्ति दा फैसला है उहदा निजी फैसला है, किधर जाणा किधर नहीं जाणा। मैं समझदा भी जिहड़े इहो जिहे कोई फैसले पिछले समें च भी होए लोकां नूं ਇਹ ਜੀ ਜੋ ਸਿਰਫ ਇੱਕ ਸ਼ਖਸੀਅਤ ਦੇ ਆਧਾਰ 'ਤੇ ਜਦ ਵੋਟਾਂ ਪੈਂਦੀਆਂ ਜਾਂ ਲੋਕ ਵੋਟ ਪਾਉਂਦੇ ਆ ਉਹਦਾ ਨੁਕਸਾਨ ਹੁੰਦਾ ਹੈਗਾ। ਤੁਸੀਂ ਗੁਰਦਾਸਪੁਰ ਦੇ ਲੋਕਾਂ ਤੋਂ ਜਾ ਕੇ ਪੁੱਛੋ, ਸਨੀ ਦਿਓਲ ਨੂੰ ਇੱਕ ਲੀਡਰ ਦੇ ਤੌਰ ਇਹਨਾਂ ਨੂੰ ਐਕਟਰ ਦਾ ਮਸ਼ਹੂਰ ਕਰਕੇ ਵੋਟਾਂ ਪਾ ਦਿੱਤੀਆਂ, ਅੱਜ ਲੋਕ ਉੱਥੇ ਕਲਪ ਰਹੇ ਹੈ, ਉਹਨਾਂ ਨੂੰ ਕੋਈ ਸੁਣਨ ਵਾਲਾ ਨਹੀਂ। ਇਸ ਲਈ ਹੌਲੀ ਹੌਲੀ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ, ਲੋਕਾਂ ਨੂੰ ਆਪਣੇ ਹਿੱਤਾਂ ਨੂੰ ਦਾ ਵਿਚਾਰ ਕਰਨਾ ਪਏਗਾ ਵੀ ਸਾਨੂੰ ਕਿਹੜੀ ਪਾਰਟੀ ਜਿਹੜੀ ਹੈ ਕਿਹੜੀ ਲੀਡਰਸ਼ਿਪ ਸਾਨੂੰ ਵਧੀਆ ਅਗਵਾਈ ਦੇ ਸਕਦੀ ਹੈ, ਸਾਡਾ ਭਲਾ ਕਰ ਸਕਦੀ ਹੈ, ਨਾ ਕਿ ਅਸੀਂ ਕੁਛ ਸ਼ਖਸੀਅਤਾਂ ਮਗਰ ਜਾਂ ਕਿਸੇ ਜਿਹਦਾ ਕੋਈ ਨਾਂ ਹੈ, ਚਾਹੇ ਸਿੰਗਰ ਹੈ ਕੋਈ ਐਕਟਰ ਹੈ। ਮੈਂ ਨਹੀਂ ਕਹਿੰਦਾ ਇਹਨਾਂ 'ਚੋਂ ਚੰਗੇ ਨਹੀਂ ਹੋ ਸਕਦੇ, ਹਰ ਫੀਲਡ 'ਚੋਂ ਚੰਗੇ ਹੋ ਸਕਦੇ ਹੈ, ਪਰ ਉਹਨਾਂ ਦੀ ਐਜ਼ ਸਿੰਗਰ ਨਹੀਂ ਬਲਕਿ ਉਹਨਾਂ ਨੂੰ ਐਜ਼ ਸ਼ਖਸੀਅਤ ਦੇ ਤੌਰ 'ਤੇ ਜਿਹੜੀਆਂ ਵੋਟ ਜਿਹੜੀ ਉਹ ਪੈਣੀ ਚਾਹੀਦੀ ਹੈ। ਸੋ ਇਹ ਰਾਜਨੀਤੀ ਜਿਹੜੀ ਅੱਗੇ ਆਉਣੀ ਚਾਹੀਦੀ ਹੈ। ਲੋਕਾਂ ਦਾ ਹੁਣ ਤੱਕ ਜਿਹੜਾ ਕੋਈ ਮੈਂ ਸਮਝਦਾ ਇਸ ਸੰਬੰਧੀ ਐਕਸਪੀਰੀਅੰਸ ਕੋਈ ਬੜੇ ਵਧੀਆ ਨਹੀਂ ਰਹੇ। ਦੇਖੋ ਮਨਜਿੰਦਰ ਸਿੰਘ ਸਿਰਸਾ ਜੇ ਤੁਸੀਂ ਪਿੱਛੇ ਦੇਖੋਗੇ ਉਹ ਇੱਕ ਬਿਜ਼ਨਸਮੈਨ ਬੰਦਾ ਹੈ, ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਮੇਸ਼ਾ ਇਹ ਸੋਚ ਰਹੀ ਹੈ ਵੀ ਬਿਜ਼ਨਸਮੈਨ ਬੰਦਿਆਂ ਨੂੰ ਅਸੀਂ ਲਿਆ ਕੇ ਉਹਨਾਂ ਨੂੰ, ਕਿਉਂਕਿ ਜਿਹੜਾ ਬਿਜ਼ਨਸਮੈਨ ਹੁੰਦਾ ਉਹਦੇ ਕੋਲ ਪੈਸੇ ਦਾ ਸਾਧਨ ਹੁੰਦਾ ਹੈ ਵੀ ਅਸੀਂ ਪੈਸਿਆਂ ਦੇ ਜ਼ੋਰ 'ਤੇ ਸਿਆਸਤ ਕਰੀਏ। ਅੱਜ ਉਹੀ ਸਿਆਸਤ ਉਹਨਾਂ ਨੂੰ ਪੁੱਠੀ ਪੈ ਰਹੀ ਹੈ। ਜਿਹੜੇ ਲੋਕ ਬਿਜ਼ਨਸਮੈਨ ਨੇ ਵਪਾਰੀ ਨੇ ਉਹਨਾਂ ਨੇ ਕਿਤੇ ਨਾ ਕਿਤੇ ਆਪਦੇ ਜਿਹੜੇ ਹਿੱਤ ਨੇ ਵਪਾਰਕ ਹਿੱਤ ਨੇ ਉਹਨਾਂ ਨੂੰ ਮੂਹਰੇ ਰੱਖਣਾ, ਉਹਨਾਂ ਨੂੰ ਪਾਰਟੀਆਂ ਦੇ ਨਾਲ ਹੋਰ ਚੀਜ਼ਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਅਤੇ ਅੱਜ ਇਹ ਗੱਲਾਂ ਉਹਨਾਂ ਨੂੰ ਇਹ ਗੱਲਾਂ ਦੇ ਲੈਣੀ ਦੀਆਂ ਦੇਣੀਆਂ ਪੈ ਰਹੀਆਂ ਨੇ। ਜਿਹੜੇ ਅਸਲ ਦੇ ਵਿੱਚ ਮੈਂ ਸਮਝਦਾ ਇਹ ਕੋਈ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਕਿਸੇ ਦੀ ਨਹੀਂ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਨਿੱਜੀ ਤੌਰ 'ਤੇ ਮੈਂ ਸਮਝਦਾ ਇਹ ਹਾਰ ਹੋਈ ਹੈ ਜਿਹੜੀ ਉਹ ਗਏ ਨੇ। ਮੈਂ ਤੁਹਾਨੂੰ ਬੜਾ ਸਪਸ਼ਟ ਤੌਰ 'ਤੇ ਕਹਿ ਰਿਹਾ ਜਿਹਦੇ ਵਿੱਚ ਕੋਈ ਵੀ ਜਿਹੜੀ ਹੈ ਕੋਈ ਮੈਂ ਸਮਝਦਾ ਸਾਡੀ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਹੈ ਬਲਕਿ ਸੱਚੀ ਜਿਹੜੀ ਸਟੇਟਮੈਂਟ ਇਹ ਮੈਂ ਤੁਹਾਨੂੰ ਸਪਸ਼ਟ ਤੌਰ 'ਤੇ ਕਹਿ ਰਿਹਾ ਵੀ ਅੱਜ ਤੱਕ ਨਾ ਤਾਂ ਪਿਛਲੇ ਦਿਨਾਂ 'ਚ BJP ਲੀਡਰਸ਼ਿਪ ਨਾਲ ਅਤੇ ਨਾ ਹੀ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਨਾਲ ਸਾਡੀ ਕੋਈ ਗੱਠਜੋੜ ਸੰਬੰਧੀ ਕੋਈ ਰਾਬਤਾ ਹੋਇਆ। ਉਹਨਾਂ ਦੀ ਕੀ ਗੱਲ ਹੋਈ ਹੈ ਕਿਹਦੇ ਨਾਲ ਹੋਈ ਹੈ ਇਹ ਸਾਨੂੰ ਨਹੀਂ ਪਤਾ, ਪਰ ਸਾਡੀ ਲੀਡਰਸ਼ਿਪ ਦੇ ਨਾਲ ਢੀਂਡਸਾ ਸਾਹਿਬ ਨਾਲ ਨਾ ਬ੍ਰਹਮਪੁਰਾ ਸਾਹਿਬ ਨਾਲ ਕਿਸੇ ਨਾਲ ਵੀ ਹਜੇ ਤੱਕ ਕੋਈ ਅਲਾਇੰਸ ਦੀ ਗੱਲ ਨਹੀਂ ਤੁਰੀ, ਅਤੇ ਜੇ ਕਦੇ ਕੋਈ ਵੀ ਹੋਊਗੀ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗੇ।